ਆ, ਗਰੀਬਾਂ ਨੂੰ ਲੁੱਟੀ ਜਾਣ ਡਈ ਆ, ਆਹ ਮੇਕਅਪ ਕਰਕੇ ਤੇ ਸ਼ੋਰੂਮ ਤੇ ਆ ਜਾਂਦੀ ਆ, ਮੈਂ ਕਰਦਾ ਆ ਕੀ ਮਰੀਮ ਨਵਾਜ਼ ਜੀ, ਇਹਨੂੰ ਚਾਹੀਦਾ ਕੋਈ ਗਰੀਬਾਂ ਦਾ ਸੋਚਣਾ। ਤੇ ਸ਼ੋਰੂਮ ਬਣਾਇਆ, ਨਾਲ ਰੱਖੀਆਂ ਨੀ ਹੋਈਆਂ ਉਹਨੇ, ਜਿਹੜੀਆਂ ਸਜਾਉਂਦੀਆਂ ਉਹਨੂੰ ਸਜਾ ਸਜੂ ਕੇ ਸਟੇਜ ਤੇ ਲੈ ਆਉਂਦੀਆਂ ਵੀ ਲੈ ਵੀ ਚੱਲ ਜਰਾ ਪੁਤਲੀਏ ਚੱਲ ਕੇ ਨੱਚ, ਇੱਥੋਂ ਨਿਕਲੂਗੀ। ਗਰੀਬਾਂ ਦਾ ਸੋਚਣਾ ਚਾਹੀਦਾ ਕਿ ਉਹਨੂੰ ਆਪਣਾ ਹੀ ਸੋਚਣਾ ਚਾਹੀਦਾ। ਸਰੋਂ ਦਾ ਕੀ ਰੇਟ ਆ? ਸਰੋਂ ਦਾ ਹੈਗਾ 6000। ਹਾਂਜੀ, ਤਿਲਾਂ ਦਾ ਕੀ ਰੇਟ ਆ? ਤਿਲ ਵਿਕੇ ਸੀ ਉਦੋਂ 5000 ਤੋਂ 15000 ਮੂੰਗੀ 9000 ਤੱਕ ਹੈਗੀ ਆ। ਹਾਂਜੀ, ਮੂੰਗੀ ਹੈਗੀ ਆ 4000। ਹਾਂਜੀ, ਬਾਜਰਾ ਆਇਆ ਸੀਗਾ 2400 ਰੁਪਈਆ ਹੈਗਾ ਬਾਜਰਾ। ਦੋਸਤੋ, ਸਮਾਨ ਐਗਰੀਕਲਚਰ ਦੋਸਤਾਂ ਨੂੰ ਵੈਲਕਮ ਕਰਦੇ ਹਾਂ। ਗੱਲਾਂ ਮੰਡੀ ਦੀ ਕੀ ਸੂਰਤ ਹਾਲ ਆ? ਅੱਜ ਸਾਡੇ ਨਾਲ ਚਾਚਾ ਭਲਵਾਨ ਮੌਜੂਦ ਆ, ਆਪਾਂ ਇਹਦੇ ਕੋਲ ਪੁੱਛਾਂਗੇ ਕੀ ਸੂਰਤ ਹਾਲ ਆ। ਭਾਜੀ ਕੀ ਹਾਲ ਚਾਲ ਆ? ਭਾਜੀ ਭਾਈ ਆਸ਼ਿਕ, ਗੱਲਾਂ ਮੰਡੀ ਦੀ ਸਾਰੀ ਮਾਲੂਮਾਤ ਤੁਸੀਂ ਦਿੰਦੇ ਹੁੰਦੇ ਹੋ ਤੇ ਅੱਜ ਦੱਸੋ ਕਿ ਅੱਜ ਕੀ ਸੂਰਤ ਹਾਲ ਆ? ਸੂਰਤ ਹਾਲ ਆ ਜੀ, ਆ ਦੇਖ ਲਓ ਕਣਕ ਤੁਹਾਡੇ ਸਾਹਮਣੇ ਆਈ ਆ, ਫਿਰ ਜ਼ਿੰਮੇਦਾਰ ਕਹਿੰਦਾ ਜੀ ਸਾਨੂੰ ਲੁੱਟ ਲਿਆ, ਹੁਣ ਆ ਗਿਆ ਆੜਤੀਆਂ ਨੂੰ ਲੁੱਟਣ ਦੇ ਵਿੱਚ, ਰੇਤੋ ਪਾਈ ਹੋਈ ਆ, ਸਾਫ ਸਾਰ ਆ, ਸਾਰਾ ਕੁਛ ਹੀ ਹੋਇਆ ਦਾ, ਫਿਰ ਕਹਿੰਦੇ ਸਾਡੇ ਨਾਲ ਜ਼ਿਆਦਤੀ ਆ। ਆ ਦੇਖੋ ਜੀ, ਇੱਥੋਂ ਨਿਕਲੂਗੀ। ਆ ਦੇਖੋ ਜੀ ਰੇਤ, ਰੇਤ ਹੀ ਰੇਤ ਆ ਜੀ, ਆ ਦੇਖੋ ਕਿੰਨੀ ਰੇਤ ਹੈਗੀ ਆ ਵਿੱਚ, ਆ ਦੇਖੋ ਆ ਰੇਤ ਪਾਈ ਹੋਈ ਆ ਵਿੱਚ। ਮੁੜ ਕੇ ਕਹਿੰਦੇ ਜੀ ਕੋਈ ਰੇਟ ਹੀ ਨੀ ਲੱਗਦਾ, ਜ਼ੁਲਮ ਕਰਦੇ ਆ ਸਾਡੇ ਨਾਲ, ਫਲਾਨਾ ਕਰਦੇ ਆ। ਮੱਕੀ ਹੈਗੀ ਆ 2000 ਤੋਂ 2100 ਤੱਕ, ਕਣਕ ਦਾ 2800 ਤੱਕ, ਸਾਢੇ 2700 ਕਣਕ ਦੀ ਜੀ ਏਦਾਂ ਦੀ ਆਏਗੀ ਤੇ ਫਿਰ ਤੇ ਇਹੀ ਹਾਲ ਰਹਿਣਾ ਜੀ। ਕਪਾਹ 9000 ਤੋਂ 8000 ਤੋਂ 9000 ਤੱਕ ਚਲੇ ਗਈ ਆ। ਹਾਂਜੀ, ਹਕੂਮਤ ਗੰਦੀ ਆ, ਉਹ ਬਿਜਲੀ ਵੇਖ ਲੋ ਵਧਾਈ ਜਾਂਦੀ ਆ, ਤੇਲ ਵਧਾਈ ਜਾਂਦੀ ਆ, ਗਰੀਬਾਂ ਨੂੰ ਲੁੱਟੀ ਜਾਣ ਡਈ ਆ, ਆਹ ਮੇਕਅਪ ਕਰਕੇ ਤੇ ਸ਼ੋਰੂਮ ਤੇ ਆ ਜਾਂਦੀ ਆ, ਮੈਂ ਕਰਦਾ ਆ ਕੀ ਮਰੀਮ ਨਵਾਜ਼ ਜੀ, ਇਹਨੂੰ ਚਾਹੀਦਾ ਕੋਈ ਗਰੀਬਾਂ ਦਾ ਸੋਚਣਾ। ਤੇ ਸ਼ੋਰੂਮ ਬਣਾਇਆ, ਨਾਲ ਰੱਖੀਆਂ ਨੀ ਹੋਈਆਂ ਉਹਨੇ, ਜਿਹੜੀਆਂ ਸਜਾਉਂਦੀਆਂ ਉਹਨੂੰ ਸਜਾ ਸਜੂ ਕੇ ਸਟੇਜ ਤੇ ਲੈ ਆਉਂਦੀਆਂ ਵੀ ਲੈ ਵੀ ਚੱਲ ਜਰਾ ਪੁਤਲੀਏ ਚੱਲ ਕੇ ਨੱਚ, ਗਰੀਬਾਂ ਦਾ ਸੋਚਣਾ ਚਾਹੀਦਾ ਕਿ ਉਹਨੂੰ ਆਪਣਾ ਹੀ ਸੋਚਣਾ ਚਾਹੀਦਾ। ਸਰੋਂ ਦਾ ਹੈਗਾ 6000। ਤਿਲ ਵਿਕੇ ਸੀ ਉਦਣ 5000 ਤੋਂ 15000 ਤੋਂ ਲੱਗ ਕੇ 15500 ਤੱਕ। ਸੀਜ਼ਨ ਚ ਦੇਖੋ ਜੀ, ਹੁਣ ਆਉਣਗੇ ਨਵੇਂ, ਫਿਰ ਉਹਨਾਂ ਦਾ ਪਤਾ ਲੱਗੇਗਾ ਕੀ ਰੇਟ ਹੈਗਾ, ਬਾਕੀ ਤਾਂ ਉਹੀ ਹੈ। ਮੂੰਗੀ 9000 ਤੱਕ ਹੈਗੀ ਆ। ਹਾਂਜੀ, ਮੂੰਗੀ ਹੈਗੀ ਆ 4000। ਹਾਂਜੀ, ਬਾਜਰਾ ਆਇਆ ਸੀਗਾ 2400 ਰੁਪਈਆ ਹੈਗਾ ਬਾਜਰਾ। ਬਸ ਬੜੀ ਮਿਹਰਬਾਨੀ, ਸ਼ੁਕਰੀਆ।